ਆਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਜੀ ਖਣੌਲੀ ਮੰਡੀ। ਸਾਡੇ ਮੁਸਲਮਾਨ ਭਰਾ ਨੇ ਜਮੀਲ ਅਹਿਮਦ ਜੀ, ਜਿਨ੍ਹਾਂ ਦੇ ਰਿਸ਼ਤੇ ਦੇ ਵਿੱਚੋਂ ਮਾਸੀ ਜੀ, ਜੋ ਕਿ 1947 ਦੇ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ, ਉਹ ਜਿਸ ਸਮੇਂ ਉਜਾੜਾ ਹੋਇਆ ਸੀ, ਉਜਾੜੇ ਦੇ ਵਿੱਚ ਉਹ ਵਿਛੜ ਗਏ ਸੀ, ਅਤੇ ਉਹਨਾਂ ਦੀ ਭਾਲ ਕਰਨ ਦੇ ਲਈ ਅਸੀਂ ਇਹਨਾਂ ਦੀ ਕਵਰੇਜ ਕਰ ਰਹੇ ਹਾਂ। ਇਹ ਸੁਨੇਹਾ ਅਸੀਂ ਦੇਸ਼ ਵਿੱਚ ਵਿਦੇਸ਼ ਦੇ ਵਿੱਚ ਪਹੁੰਚਾਉਣਾ ਹੈ, ਅਤੇ ਤਾਂ ਕਿ ਇਹਨਾਂ ਦੀ ਮਾਸੀ ਜੀ ਜੋ ਉਹਨਾਂ ਦਾ ਪਤਾ ਲੱਗ ਸਕੇ ਕਿ ਉਹ ਕਿੱਥੇ ਨੇ। ਅਸੀਂ ਇਹਨਾਂ ਤੋਂ ਡਿਟੇਲ ਦੇ ਵਿੱਚ ਸੁਣਦੇ ਹਾਂ ਜੀ ਉਹ ਕਿੱਥੇ ਵਿਛੜੇ ਸੀ ਅਤੇ ਕਦੋਂ ਵਿਛੜੇ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਮਾਸੀ ਜੀ ਬਾਰੇ ਤੁਸੀਂ ਦੱਸੋਗੇ ਜੀ, ਉਹ ਕਦੋਂ ਵਿਛੋੜਾ ਪਿਆ ਸੀ ਉਹਨਾਂ ਦਾ ਤੁਹਾਡੇ ਨਾਲ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਆਇਆਂ ਨਾ ਜਨਤਾ ਦੀ ਆਵਾਜ਼ ਜਨਮ ਤੋਂ ਆਏ ਹੋ, ਤੁਸੀਂ ਆਪਣਾ ਗੀਤ ਵੀ ਗਾਓ, ਕੱਢ ਵੀ ਹੁੰਦੇ, ਫੋਟੋ ਵੀ ਕਰਦੇ। ਸਤਿ ਸ਼੍ਰੀ ਅਕਾਲ ਕਰਦਾ ਜੀ, ਸਤਿ ਸ਼੍ਰੀ ਅਕਾਲ। ਸੋ ਮੇਰੇ ਮਾਸੀ ਜੀ ਜੋ ਸੀਗੇ ਪਿੰਡ ਨਾਗਰੀ ਨੇੜੇ ਬੇਦਣਾ ਸਮਾਣਾ ਰੋਡ ਦੇ ਪਿੰਡ ਸੀ, ਸਮਾਣਾ ਨੂੰ ਮੰਨਿਆ। 1947 ਦੀ ਵੰਡ ਜਦੋਂ ਹੋਈ, ਮੇਰਾ ਨਾਨਕਾ ਪਰਿਵਾਰ ਇੱਕੋ ਜਥੇ ਦੇ ਰੂਪ ਵਿੱਚ ਜਦੋਂ ਚੱਲਿਆ, ਤਾਂ ਅੱਗੇ ਕੋਈ ਕਤਰਿਆਲਾ ਜੁੱਤੀ ਦੇ ਟਿੱਬੇ ਆਉਂਦੇ ਨੇ, ਜਿੱਥੇ ਕੁਛ ਧਾੜਵੀਆਂ ਨੇ ਹਮਲਾ ਕੀਤਾ। ਉਸ ਹਮਲੇ ਦੇ ਵਿੱਚ ਜਿਹੜੀ ਮੇਰੀ ਮਾਸੀ ਸੀ ਉਹ ਉੱਥੋਂ ਗਾਇਬ ਹੋਈ, ਗੁੰਮ ਹੋਈ, ਅਤੇ ਹੁਣੇ ਮਾਲਕ ਨੂੰ ਪਤਾ ਹੈ ਵੀ ਜਿਉਂਦੀ ਹੈ ਜਾਂ ਇਸ ਦੁਨੀਆਂ ਤੋਂ ਚੱਲ ਵਸੀ, ਜਿਹਦਾ ਨਾਂ ਸੀਗਾ ਫਾਤਮਾ। ਸੋ ਮੇਰੀ ਜਿਹੜੀ ਮਾਂ ਸੀ ਉਹਦਾ ਨਾਂ ਸੀਗਾ ਸਲਾਮਤ, ਉਹਨੂੰ ਛੋਟੀ ਵੀ ਕਹਿੰਦੇ ਸੀ। ਜਿਹੜੀ ਸਾਡੀ ਦੂਜੀ ਮਾਸੀ ਸੀ ਤੀਜੇ ਨੰਬਰ 'ਤੇ ਜੋ ਕਿ ਜਿਉਂਦੀ ਸੀ ਪਾਕਿਸਤਾਨ ਦੇ ਵਿੱਚ, ਉਹਦਾ ਨਾਂ ਸੀਗਾ ਬਸੀਰਾ। ਸੋ ਜਿਹੜੀ ਸਾਡੀ ਨਾਨੀ ਸੀਗੀ ਉਹਦਾ ਨਾਂ ਸੀਗਾ ਬੀਰੋ, ਅਤੇ ਬੀਰੋ ਦੇ ਜਿਹੜੇ ਪੇਕੇ ਪਰਿਵਾਰ ਸੀਗੇ ਉਹ ਸੀਗਾ ਦੇਦਣਾ, ਅਤੇ ਸਾਡੇ ਨਾਨਾ ਜੀ ਦਾ ਜਿਹੜਾ ਨਾਮ ਸੀ ਉਹ ਸੀਗਾ ਫਤਿਹਦੀਨ, ਜੋ ਕਿ ਨਾਗਰੀ ਪਿੰਡ ਦੇ ਵਿੱਚ ਹੀ ਸ਼ੁਰੂ ਤੋਂ ਕੰਮ ਕਾਰ ਕਰਦੇ ਹੋਏ ਸੀਗੇ। ਜੋ ਮੇਰੀ ਮਾਸੀ ਫਾਤਮਾ ਉਹਨਾਂ ਟਿੱਬਿਆਂ 'ਚੋਂ ਵਿਛੜੀ ਹੋਈ ਹੈ, ਸੋ ਅਸੀਂ ਚਾਹੁੰਦੇ ਹਾਂ ਵੀ ਜੇਕਰ ਉਹ ਕਿਤੇ ਹੈ, ਜਿਉਂਦੀ ਵਸਦੀ ਕਿਸੇ ਵੀ ਘਰ ਦੇ ਵਿੱਚ ਹੈ ਜਾਂ ਕਿਸੇ ਵੀ ਸੂਬੇ ਸ਼ਹਿਰ ਦੇ ਵਿੱਚ ਹੈ, ਤਾਂ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਉਹਦੇ ਨਾਲ ਮਿਲਾਇਆ ਜਾ। ਅਤੇ